ਦਾ ਜਿਹੜੇ ਅਮਿਸ਼ਨ ਰੁਝਾਨ ਹੈ ਉਹ ਲੋਕਾਂ ਦਾ ਫਤਵਾ ਅਸੀਂ ਉਹਨੂੰ ਸਿਰ ਉੱਤੇ ਮੰਨਦੇ ਹਾਂ ਪਰ ਇੱਕ ਗੱਲ ਬਿਲਕੁਲ ਸਾਫ਼ ਹੋ ਗਈ ਆ ਕਿ ਜਿਹੜੀ ਮੌਜੂਦਾ ਸਰਕਾਰ ਆ ਆਮ ਆਦਮੀ ਪਾਰਟੀ ਦੀ 3 ਮਹੀਨੇ ਪਹਿਲਾਂ ਲੋਕਾਂ ਨੇ ਸੋਚੀ ਖਾਸ ਕਰਕੇ ਇਸ ਇਲਾਕੇ ਦੇ ਵਿੱਚੋਂ 6 MLA 9 MLA ਔਰ ਉਹਦੇ ਨਾਲ 3 ਮੰਤਰੀ ਔਰ 1 ਮੁੱਖ ਮੰਤਰੀ ਔਰ ਫਿਰ ਵੀ ਉਹ ਪਿੱਛੇ ਚੱਲ ਰਹੇ ਆ ਲੋਕਾਂ ਨੇ ਇਸ ਗੱਲ ਨੂੰ ਸਿੱਧ ਕਰਤਾ ਕਿ ਸਰਕਾਰ ਆਮ ਆਦਮੀ ਪਾਰਟੀ ਜਿਹੜੇ ਵਾਅਦੇ ਕੀਤੇ ਸੀ ਉਹ ਤੇ ਪੂਰੇ ਨਹੀਂ ਉਤਰੇ ਲੋਕਾਂ ਨੇ ਉਹਨੂੰ ਨਕਾਰਤਾ ਇੱਕ ਗੱਲ ਕਿ ਮੈਨੂੰ ਬੜੀ ਖੁਸ਼ੀ ਆ ਕਿ ਜਿਹੜਾ ਭਾਰਤੀ ਜਨਤਾ ਪਾਰਟੀ ਪਹਿਲੀ ਦਫਾ ਆਪਣੇ ਸਿੰਬਲ ਤੇ ਲੜੀ ਆ ਜਿਵੇਂ ਕਿ ਕਹਿੰਦੇ ਆ ਕਿ ਭਾਰਤੀ ਜਨਤਾ ਪਾਰਟੀ ਤੇ ਰੇਗਿਸਤਾਨ ਸੀ ਅੱਜ ਕਮਲ ਦਾ ਫੁੱਲ ਖਿਲਿਆ ਉਹ ਇਸ ਕਰਕੇ ਜਿਹੜੇ ਸਾਡੇ 990 ਪਿੰਡ ਆ ਔਰ 1300 ਬੂਥ 1800 ਬੂਥ ਆ 1800 ਤੇ 1800 ਬੂਥ ਦੇ ਉੱਪਰ ਇਸ ਵੇਲੇ ਸਾਰੀ ਜਗ੍ਹਾ ਤੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਤੇ ਸਾਰੇ ਦੇ ਸਾਰੇ ਬੂਥ ਲੱਗੇ ਆ ਅਸੀਂ ਮੈਂ ਦਾਅਵੇ ਨਾਲ ਕਹਿ ਸਕਦਾ ਐਡੀ ਵਧੀਆ ਨੀਂਹ ਪੱਥਰ ਰੱਖਿਆ ਗਿਆ ਕਿ 2024 ਦੇ ਵਿੱਚ ਔਰ 2027 ਦੇ ਵਿੱਚ ਇੱਥੇ ਭਾਰਤੀ ਜਨਤਾ ਪਾਰਟੀ ਦਾ ਰਾਜ ਹੈ।